ਅਸਲਾਮ ਵਾਲੇਕਮ ਤੁਸੀਂ ਭਾਈ ਜਾਨ ਦੇਖ ਰਹੇ ਜੀ ਉਮਰ ਸ਼ਬੀ ਟੀਵੀ YouTube ਦਾ ਚੈਨਲ ਤੁਹਾਡੇ ਵਾਸਤੇ ਅਸਾਸ ਪ੍ਰੋਗਰਾਮ ਦੇ ਬਾਰੇ ਚ ਦੱਸਣ ਆਏ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਬੀਬੀਆਂ ਨੂੰ ਪੈਸੇ ਮਿਲ ਰਹੇ ਨੇ 9000 ਮਿਲ ਰਿਹਾ ਹੈ ਲੇਕਿਨ ਉਹਨਾਂ ਨੂੰ ਨਾਲ ਬੱਚਿਆਂ ਦੇ ਨਹੀਂ ਮਿਲ ਰਿਹਾ ਬੱਚਿਆਂ ਦੇ ਪੈਸੇ ਲੈਣ ਵਾਸਤੇ ਤੁਹਾਨੂੰ ਫੋਟੋਕਾਪੀ ਜਿੱਥੇ ਕਰਦੇ ਆ ਨਾ ਫੋਟੋਕਾਪੀ ਉੱਥੇ ਜਾਣਾ ਪੈਗਾ ਉਹ ਤੁਹਾਨੂੰ ਇੱਕ ਪਰਚੀ ਦੇਣਗੇ ਜਿਹੜੀ ਤੁਹਾਨੂੰ ਸਕੂਲ ਦੇ ਵਿੱਚੋਂ ਪੂਰ ਕਰਾਣੀ ਪੈਗੀ ਸਕੂਲੋਂ ਪੂਰ ਕਰਾਓਗੇ ਮਾਸਟਰਾਂ ਦੇ ਸਾਈਨ ਹੋਣਗੇ ਟੀਚਰਾਂ ਦੇ ਸਾਈਨ ਹੋਣਗੇ ਸਕੂਲ ਦੀ ਮੋਹਰ ਲੱਗੇਗੀ ਮੋਹਰ ਲੱਗਣ ਤੋਂ ਬਾਅਦ ਉਹ ਤੁਸੀਂ ਬੇਨਜ਼ੀਰ ਅਸਾਸ ਪ੍ਰੋਗਰਾਮ ਦਾ ਦਫ਼ਤਰ ਤੁਹਾਡੇ ਜ਼ਿਲ੍ਹੇ ਦੇ ਅੰਦਰ ਤੁਹਾਡੇ ਜ਼ਿਲ੍ਹੇ ਦੇ ਅੰਦਰ ਜਿੱਥੇ ਹੋਏਗਾ ਉੱਥੇ ਤੁਹਾਨੂੰ ਜਾਣਾ ਪੈਗਾ ਪਹਿਲੇ ਤੇ ਬੱਚੇ ਵੀ ਨਾਲ ਲੈ ਜਾਣੇ ਪੈਂਦੇ ਸੀ ਲੇਕਿਨ ਹੁਣ ਬੱਚਿਆਂ ਦਾ ਇਸ਼ੂ ਇਹਨਾ ਨਹੀਂ ਹੈ ਕਿਉਂਕਿ ਤਸਵੀਰ ਲੈਂਦੇ ਸਨ ਬੱਚਿਆਂ ਦੀ ਲੇਕਿਨ ਹੁਣ ਕੱਲੀ ਪਰਚੀ ਤੁਹਾਨੂੰ ਜਮ੍ਹਾਂ ਕਰਾਣੀ ਪੈਗੀ ਉੱਥੇ ਪਰਚੀ ਜਮ੍ਹਾਂ ਕਰਵਾ ਕੇ ਆਓਗੇ ਉਸ ਤੋਂ ਬਾਅਦ ਤੁਹਾਡੇ ਬੱਚਿਆਂ ਦੇ ਵਜ਼ੀਫੇ ਲੱਗਣਗੇ ਅਗਰ 5ਵੀਂ ਕਲਾਸ ਤੋਂ ਉੱਪਰ ਆ ਤੁਹਾਡਾ ਬੱਚਾ ਤਾਂ 3000 ਰੁਪਇਆ ਇੱਕ ਬੱਚੇ ਦਾ ਵਜ਼ੀਫਾ ਲੱਗੇਗਾ ਅਗਰ 5ਵੀਂ ਕਲਾਸ ਤੋਂ نیچے ਆ ਪਹਿਲੀ ਦੂਜੀ ਕੱਚੀ ਪੱਕੀ ਪੜਦਾ ਤੇ ਉਹਦਾ ਲੱਗੇਗਾ 1500 ਰੁਪਿਆ ਵਜ਼ੀਫਾ ਤੇ ਜਦ ਤਿੱਕਰ ਤੁਸੀਂ ਪਰਚੀ ਲੈ ਕੇ ਉਹਨੂੰ ਪੋਰ ਕਰਾ ਕੇ ਜਾ ਕੇ ਜਮਾ ਨਹੀਂ ਕਰਾ ਕੇ ਆਓਗੇ ਉਬ ਤਿੱਕਰ ਤੁਹਾਨੂੰ ਪੈਸੇ ਬੱਚਿਆਂ ਦੇ ਨਹੀਂ ਮਿਲ ਸਕਦੇ ਤੇ ਇਹ ਜ਼ਰੂਰੀ ਕੰਮ ਕਰੋ ਕਿਉਂਕਿ ਬੱਚਿਆਂ ਦੀਆਂ ਵਰਦੀਆਂ ਫਟੀਆਂ ਹੁੰਦੀਆਂ ਨੇ ਕਾਪੀਆਂ ਕਿਤਾਬਾਂ ਜਿਸਟਰ ਲੈਣੇ ਪੈਂਦੇ ਨੇ ਬੱਚਿਆਂ ਦੇ ਤੇ ਬੱਚਿਆਂ ਦੇ ਲਾਜ਼ਮੀ ਪਰਚੀਆਂ ਜਮ੍ਹਾਂ ਕਰਵਾਓ ਕਿਉਂਕਿ ਬੱਚਿਆਂ ਦੇ ਪੈਸੇ ਆਉਣ ਔਰ ਬੱਚਿਆਂ ਦੇ ਇਸਤੇਮਾਲ ਦੇ ਵਿੱਚ ਵੀ ਆਣ ਜਿਹੜੇ ਬੱਚਿਆਂ ਦੇ ਪੈਸੇ ਮਿਲਣ ਉਹ ਬੱਚਿਆਂ ਦੇ ਇਸਤੇਮਾਲ 'ਚ ਲਿਆਓ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੇ ਜਿਸਟਰ ਉਹਨਾਂ ਦੀਆਂ ਕਾਪੀਆਂ ਪੈਲਸਣਾ ਉਹਨਾਂ ਨੂੰ ਲੈ ਕੇ ਦੋ ਉਹਨਾਂ ਦੇ ਬਸਤੇ ਲੈ ਕੇ ਦੋ ਨਵੀਆਂ ਲੈ ਕੇ ਦੋ ਕਿੰਨਾ ਬੰਦ ਲੈ ਕੇ ਦੋ